ਸਸਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਰ ਜੇ ਪਹੁੰਚ ਚੁੱਕੇ ਜੀ ਆਪਾਂ ਗੁਰਦਾਸਪੁਰ ਸ਼ਹਿਰ ਜੀ, ਡਿਸਟ੍ਰਿਕਟ ਵੀ ਇਹੀ ਪੈਂਦਾ। ਇਸ ਘਰ ਤੋਂ ਪਹਿਲਾਂ ਆਪਾਂ ਮੱਝਾਂ ਦੀ ਵੀਡੀਓ ਬਣਾਈ ਸੀ ਅਤੇ ਤੁਹਾਨੂੰ ਪਤਾ ਕਿ ਚਲੋ ਪਸ਼ੂ ਸਾਰੇ ਸੇਲ ਸੀ, ਵਧੀਆ ਵਿਕ ਚੁੱਕੇ ਆ। ਅੱਜ ਇਹਨਾਂ ਕੋਲ ਕੋਈ 4-5 ਦੇ ਲਗਭਗ ਗਾਵਾਂ ਸੇਲ ਆ ਅਤੇ ਵਿੱਚੇ ਤੋਕੜ ਗੱਬਣਾ ਵੀ ਹੈ ਜਾਂ ਸੱਜਣਾ ਵੀ ਹੈ ਜੀ, ਅਤੇ ਇਕੱਲੀਆਂ ਤੋਕੜਾਂ ਵੀ ਆ। ਅਤੇ ਆਓ ਆਪਾਂ ਗੱਲਬਾਤ ਕਰੀਏ, ਆਪਾਂ ਵੀਡੀਓ ਸ਼ੁਰੂ ਕਰੀਏ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਹਾਂਜੀ ਹਾਂਜੀ, ਬਹੁਤ ਬਹੁਤ ਜੀ ਤੁਹਾਡਾ। ਚਲੋ ਵੇਖ ਗਿਆ ਜੀ ਉਧਰ? ਹਾਂਜੀ ਵੇਖ ਮਈਆਂ ਸਾਰੇ ਵੇਖ ਗਏ। ਹਾਂਜੀ ਵੇਖ ਗਏ, ਬੜਾ ਵਧੀਆ ਪਰਫਾਰਮੈਂਸ ਮਿਲਿਆ ਹੈ ਨਾ ਜੀ। ਬਾਕੀ ਵੇਖ ਗਏ ਨੇ, ਪਰ ਥੋੜੀ ਕਿ ਬੇਨਤੀ ਆ ਸਾਰੇ ਵੀਰਾਂ ਭੈਣਾਂ ਨੂੰ। ਹਾਂਜੀ ਹਾਂਜੀ, ਵੀ ਇੱਕ ਤੇ ਜਦੋਂ ਵੀਡੀਓ ਪਾਈ ਦੀ ਆ, ਹਾਂਜੀ, ਉਦੋਂ ਤੁਹਾਨੂੰ ਪਤਾ 1-2 ਦਿਨ ਤੱਕ ਮਤਲਬ ਫੋਨ ਆਉਂਦੀ ਆ। ਆਂਦੇ ਜੀ ਆਂਦੇ, ਹਰ ਇੱਕ ਨੂੰ ਪਤਾ ਵੀ ਤਾਜ਼ੀ ਵੀਡੀਓ ਵੀ ਮਤਲਬ ਬਿਲਕੁਲ ਜੀ ਅਜੇ ਵਿਕਣ ਵਾਲੀ। ਹਾਂਜੀ ਹਾਂਜੀ, ਕੁਝ ਸ਼ਰਾਰਤੀ ਬੰਦੇ ਇਹੋ ਜਿਹੇ ਹੁੰਦੇ ਵੀ ਜੇ ਘੱਟੋ ਘੱਟ 4-5 ਘੰਟੇ ਮੇਰਾ ਪਿਛਲੀ ਵਾਰੀ ਇਹਨਾਂ ਟਾਈਮ ਖਰਾਬ ਕਰਤਾ ਰੇਟ ਕਰਕੇ। ਹਾਂਜੀ ਜੀ, ਇਹੀ ਬਿਆਨਾ ਲੱਗੇ ਪਾਉਣ 10,000 ਰੁਪਇਆ। ਹਾਂਜੀ ਵੀਰ ਜੀ, ਵੇਖ ਲਓ ਜੇ ਤੁਸੀਂ ਮਤਲਬ ਲੈਣੀਆਂ, ਦੱਸੋ ਨਹੀਂ ਮੈਨੂੰ ਫੋਨ ਆ ਰਿਹਾ। ਹਾਂ ਬਿਲਕੁਲ ਬਿਲਕੁਲ ਸਹੀ, ਖਰਾਬ ਹੁੰਦਾ ਜੀ ਖਰਾਬ। ਕਹਿੰਦੇ ਵੀ ਹਾਂਜੀ ਜੀ, ਨਹੀਂ ਜੀ ਭੈਣ ਜੀ, ਬਸ 1-2 ਘੰਟੇ ਤੱਕ ਹੀ ਘਰ ਪਹੁੰਚ ਕੇ ਤੁਹਾਨੂੰ ਇਹ ਬਿਆਨਾ ਪਾ ਦਿੰਦੇ ਆ। ਹਾਂਜੀ ਹਾਂਜੀ, ਕਰਦੇ ਕਰਦੇ ਮੇਰੇ 4-5 ਘੰਟੇ ਬੰਨਤੇ ਉਹਨਾਂ ਨੇ। ਜੇ ਮੈਨੂੰ ਫੋਨ ਆਣ, ਮੈਂ ਕਿਹਾ ਨਹੀਂ ਵੀਰ ਜੀ ਉਧਰ ਸੌਦਾ ਹੋਇਆ ਹਟਾ। ਹਾਂਜੀ ਹਾਂਜੀ, ਇਹਨੇ ਤੇ ਜੇ ਆਪਾਂ ਮੁਕਰਦੇ ਸੀ ਤੇ ਆਣ ਕਹਿੰਦੇ ਵੇਖੋ ਭੱਜ ਗਏ। ਹਾਂ ਹਾਂਜੀ, ਮਤਲਬ ਇਹ ਅਸ ਜਿਹੜਾ ਇਨਸਾਨੀਅਤ ਨਹੀਂ ਇਹਨੂੰ ਕਿਹਾ ਜਾਂਦਾ। ਨਹੀਂ ਨਹੀਂ ਨਹੀਂ, ਬਾਅਦ ਵਿੱਚ 4-5 ਘੰਟੇ ਬਾਅਦ ਦੋ ਬੰਦੇ ਇਹੋ ਜਿਹੇ ਨਿਕਲੇ, ਉਹਨਾਂ ਫਿਰ ਮੁੜ ਕੇ ਸਵਿਚ ਆਫ ਕਰਤੇ ਜੀ ਕਿਸੇ ਨੇ, ਕਿ ਮਤਲਬ ਇਹ ਤਾਂ ਚੰਗੀ ਨਹੀਂ ਗੱਲ ਨਹੀਂ। ਪਹਿਲਾਂ ਜਿਹੜੀ ਗੱਲ ਵਾ ਹਾਂਜੀ ਕਲੀਅਰ ਕਰੋ ਜੀ, ਹਾਂ ਜਾਂ ਨਾ। ਬਿਲਕੁਲ ਠੀਕ ਹੈ ਨਾ, ਬਿਲਕੁਲ ਕਿਸੇ ਦਾ ਟਾਈਮ ਨਹੀਂ ਖਰਾਬ ਕਰਨਾ। ਦੂਸਰੇ ਨੰਬਰ ਤੇ ਇਹ ਗੱਲ ਬੇਨਤੀ ਵੀ ਕੋਈ ਐਵੇਂ ਸ਼ਰਾਰਤੀ ਜਿਹੜੇ ਆ ਕਮੈਂਟ ਕਰੀ ਜਾਂਦੇ ਨਹੀਂ ਨਹੀਂ, ਉਹ ਝੂਠ ਹੈ ਜੀ, ਗੱਪ ਹੈ ਜੀ, ਆਇਆ ਵੇਖੋ ਜੇ ਗੱਪ ਜਾਂ ਝੂਠ ਹੁੰਦਾ ਤੁਹਾਡੇ ਡੰਗਰੀ ਨਾ ਵੇਖ ਨਾ ਵੇਖ। ਸਹੀ ਸਹੀ ਗੱਲ, ਸਹੀ ਗੱਲ ਹੈ ਜੀ। 2 ਦਿਨ ਦੇ ਵਿੱਚ ਮੇਰੀਆਂ ਮੱਝਾਂ ਵਿਕ ਗਈਆਂ। ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ, ਠੀਕ ਹੈ। ਬਾਕੀ ਗੱਲ ਇਹ ਹੁੰਦੀ ਆ ਵੀ ਕਮੈਂਟ ਕਰਨਾ ਮਤਲਬ ਚਲੋ ਕਰੋ ਕੋਈ ਗੱਲ ਨਹੀਂ ਗੀ, ਪਰ ਸਾਡੇ ਅਸੀਂ ਤੇ ਕਦੀ ਕਮੈਂਟ ਕਿਸੇ ਨੂੰ ਕੀਤਾ ਨਹੀਂ, ਕਦੀ ਨਹੀਂ ਕੀਤਾ ਕੋਈ ਚੰਗਾ ਜਾਂ ਮਾੜਾ। ਹਾਂ ਨਹੀਂ ਠੀਕ ਹੈ ਨਾ, ਬਿਲਕੁਲ ਜੀ, ਕਿਉਂ ਇੰਨਾ ਟਾਈਮ ਨਹੀਂ ਹੁੰਦਾ। ਹਾਂ ਜੀ, ਤੇ ਕਮੈਂਟ ਉਹ ਹੀ ਕਰਦਾ ਜਿਹੜਾ ਸ਼ਰਾਰਤੀ ਹੁੰਦਾ। ਸ਼ਰਾਰਤੀ ਹੈ ਜੀ, ਹੋਰ ਕੀ ਹੈ, ਹੋਰ ਕੌਣ ਹੈ ਜੀ, ਗਲਤ ਗੱਲ ਹੈ। ਕਿਸੇ ਨੂੰ ਮਤਲਬ ਦਬਾਉਣ ਦੀ ਕੋਸ਼ਿਸ਼ ਕਰਨਾ, ਦਬਾਉਣ ਦੀ ਕੋਸ਼ਿਸ਼ ਕਰਨਾ, ਠੀਕ ਹੈ ਨਾ। ਦੇਖੋ ਤੁਸੀਂ ਮਿਹਨਤ ਕਰਦੇ ਆਪ ਦੀ, ਜੋ ਮਰਜ਼ੀ ਆ ਘਰ ਦੇ ਪਾਸੇ ਦੁੱਧ ਤੇ ਕਰ ਲੱਗੇ ਆ, ਗਾਹ ਵੇਖੋ ਹੁਣ ਲੈਣਾ ਲੱਗਿਆ ਪਈਆਂ ਤੁਹਾਡੇ, ਲੈਣਾ ਲੱਗੀ ਦੁੱਧ ਲੈਣ ਨੂੰ ਖੜੇ, ਤੁਸੀਂ ਡੀਕ ਦੇ ਖੜੇ ਕੋਈ ਰੁਕ ਜਾ ਤੁਹਾਨੂੰ ਵੀਡੀਓ ਬਣਾਉਣ ਤੋਂ, ਵੀਡੀਓ ਬਣਨੀ ਤੇ ਜੇ ਕੋਈ ਉਹਨਾਂ ਪਤਾ ਲੱਗਦਾ ਕਿ ਚੰਗਾ ਦੁੱਧ ਆ ਹਨਾ ਇੱਥੋਂ ਮਿਲਣਾ, ਤਾਂ ਹੀ ਕੋਈ ਆਂਦਾ ਤੁਹਾਡੇ ਕੋਲ, ਤਾਂ ਹੀ ਕੋਈ, ਤੇ ਜੇ ਕੋਈ ਪਾਣੀ ਦਾ ਨਹੀਂ ਮਿਲਣਾ ਤਾਂ ਫਿਰ ਤੁਹਾਨੂੰ ਪਤਾ ਫਿਰ ਕਿੰਨੇ ਆਣਾ, ਕਿੰਨੇ ਆਣਾ। ਹਾਂਜੀ, ਬਾਕੀ ਜੋ ਵੀ ਆ ਸਚਾਈਏ, ਬਿਲਕੁਲ 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 ਠੀਕ ਹੈ ਨਾ। ਕੋਈ ਕਹਿੰਦਾ 1 ਪੈਣ 100 ਪੈਣ, ਸੱਚ ਨਹੀਂ ਹੁੰਦਾ ਜੀ, ਆ ਨਹੀਂ ਹੁੰਦਾ, ਚਲੋ ਕੋਈ ਨਹੀਂ, ਲਾ ਚਲੋ ਕੋਈ ਆਪਣੀ ਥਿਊਰੀ ਹੈ। ਬਿਲਕੁਲ ਬਿਲਕੁਲ ਜੀ ਬਿਲਕੁਲ, ਕੋਈ ਗੱਲ ਨਹੀਂ। ਅੱਜ ਗਾਈਆਂ ਕਿੰਨੀਆਂ ਫਿਰ ਜੀ? ਅੱਜ ਜੀ 4 ਜੀ, ਬਸ ਆ ਵੇਚ ਕੇ ਬਸ ਆਹੀ ਰਹਿ ਗਈਆਂ ਫਿਕਲੀਆਂ। ਫਿਰ ਮਾਲ ਪਾਉਗੇ ਨਵਾਂ ਕਿਵੇਂ ਜੀ? ਨਹੀਂ ਪਾਉਂਦੀਆਂ ਨੇ, ਮੈਂ ਥੋੜਾ ਜਿਹਾ ਘੜ ਕੇ ਪਾਉਂਦੀ ਆ। ਠੀਕ ਹੈ ਬਿਲਕੁਲ, ਤੇ ਇਹ ਗੱਬਣਾ ਜੀ? ਇਹ ਜੀ ਹਾਂਜੀ ਗੱਬਣਾ, ਟੋਕੜ ਗੱਬਣ, ਤੇ ਕਿੰਨਾ ਦੁੱਧ ਹੈ ਜੀ? ਦੁੱਧ ਇਹਦੇ ਫਿਰ ਵੀ ਜੀ 10 ਲੀਟਰ ਤੋਂ ਹੀ ਲਾਉਂਦੇ, 12 ਵੀ ਹੈ। ਬਾਠੀ 10 ਕਿਲੋ ਤੋਂ ਮਈ, ਤੇ ਤਾਂ ਟਾਈਮ ਜੇ ਵੰਡ ਘੱਟ ਪੈਂਦੀ ਹੈ ਕਿ ਤਾਜੀ ਨੇ ਫਿਰ ਇਹਨੇ ਕਿੰਨਾ ਕੀਤਾ ਜੀ? ਇਹ ਮਤਲਬ 30 ਤੋਂ 35 ਦੇ ਵਿੱਚ, 30 ਤੋਂ 35 ਲੀਟਰ। ਆ ਜਾਓ ਲਿਆਓ ਜੀ। ਚੰਗਾ ਸਿਮਣ ਭਰਾਇਆ ਜੀ? ਵਧੀਆ ਵਧੀਆ, ਠੀਕ ਹੈ ਵਧੀਆ ਭਰਾਣਾ ਜੀ, ਠੀਕ ਹੈ। ਚੰਗੀ ਕਰਾ ਵੀਡੀਓ ਬਣਾ ਦਿਓ ਫਿਰ। ਨਹੀਂ ਬਹੁਤ ਬਹੁਤ ਸੋਹਣੀ ਵਿਆੜਾ, ਉੱਚੀ ਲੰਮੀ ਵਿਆੜਾ, ਦੇਖ ਲਓ ਵੱਡੀ, ਸਾਰੀਆਂ ਵੱਡੀਆਂ ਭੈਣਾਂ ਆ ਗਈਆਂ। ਹਾਂਜੀ ਆ ਜਾਓ ਬੋਲੋ ਜੀ। ਵੀਰ ਜੀ ਇਹਦਾ ਅਰਕਾ ਮੈਂ ਰੇਟ ਪਾ ਹੀ ਦੇਣਾ, ਪਾ ਦੋ, ਕਿਉਂ ਮੇਰਾ ਪਿਛਲੇ ਵਾਰੀ ਇੰਨੇ ਮੇਰੇ ਪਤਾ ਨਹੀਂ, ਬਸ ਫੋਨ ਕਰਕੇ ਜੀ ਇਹ ਕੀ ਰੇਟ ਆ, ਬਸ ਫੋਨ ਬੰਦ ਕਰ ਦੇਣਾ। ਚਲੋ ਜੇ ਕਿਸੇ ਨੂੰ ਦਿਲ ਕਰੇ ਹਾਂਜੀ ਉਹ ਲੈ ਲੇ, ਨਹੀਂ ਤੇ ਨਹੀਂ, ਠੀਕ ਹੈ ਨਾ। ਬਿਲਕੁਲ, ਇਹਦਾ ਰੇਟ ਜੀ ਅੱਜ ਅਸੀਂ ਤੇ ਤੁਹਾਨੂੰ ਪਤਾ 1 ਲੱਖ ਤੋਂ ਉੱਪਰ ਲੈਂਦੇ, 1 ਲੱਖ ਤੋਂ ਉੱਪਰ, ਬਿਲਕੁਲ ਵੱਡੀ ਵਿਆੜ ਹੈ ਨਾ, ਦੁੱਧ ਰਿਕਾਰਡ ਚੰਗਾ। ਬਾਕੀ ਕੋਈ ਪ੍ਰੋਬਲਮ ਨਹੀਂ, ਥਾਣ ਬਿਲਕੁਲ ਇਹ ਤਾਂ ਸਾਰੇ ਬਰੋਬਰ ਆ, ਬਰੋਬਰ ਹੀ ਥਲੇ ਬੇਵੇਸਕ ਕਰ ਕਮਾਰ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਨਾ, ਠੀਕ ਹੈ। ਤੇ ਬਾਕੀ ਸਾਰੇ ਜਿੰਨੇ ਆਉਣਾ ਨੇ 2-3-4 ਟਾਈਮ ਚ ਵਾ ਕੇ, ਹਾਂਜੀ ਹਾਂਜੀ, 10 ਕਿਲੋ ਦੁੱਧ ਆ, 5 ਮਹੀਨੇ ਦੀ ਗੱਬਣ ਜੀ, ਠੀਕ ਆ, ਡੇਟ ਅਸੀਂ ਤੇ ਲਿਖੀ ਆ, ਬਿਲਕੁਲ ਜੀ, 2-4 ਦਿਨ ਦਾ ਪਤਾ ਘਟਾ ਹੋ। ਹਾਂਜੀ ਹਾਂਜੀ, ਠੀਕ ਹੈ ਨਾ। ਤੇ ਇਹ ਟਾਈਮ ਇਹਦਾ ਰੇਟ 60 ਵਾ, ਹਾਂਜੀ 19 ਜ਼ਰੂਰ ਹੋ ਜੇਗੀ, ਹੋ ਜਾਊਗਾ। ਕਿਸੇ ਨੂੰ ਵਾਰਾ ਖਾਂਦਾ ਉਹੀ ਫੋਨ ਕਰੇ, ਬਸ ਠੀਕ ਆ, ਚਲੋ ਉਹ ਮੁੱਕਰੇ 19 ਹੋ ਜਾਊਗੀ। ਚਲੋ ਸਰ ਆ ਜਾਓ, ਉਹ ਲਿਆਓ, ਇਹ ਵੀ ਗੱਪਣ ਹੈ ਜੀ? ਨਹੀਂ ਜੀ, ਅੱਛਾ ਇਹ ਗੱਪਣ ਨਹੀਂ, ਇਹ ਖਾਲੀ ਆ, ਇਹ ਖਾਲੀ ਆ, ਬੋਲੀ ਆ, ਪਰ ਮੈਂ ਕਰਾਈ ਨਹੀਂ ਜੀ ਗਰਮੀ। ਦੁੱਧ ਕਿੰਨਾ ਜੀ? ਦੁੱਧ ਇਹਦੇ ਥੱਲੇ 10-12, 10-12 ਕਿਲੋ ਦੁੱਧ ਹੈਗਾ ਜੀ, 10-12। ਤੇ ਲਓ ਇਹ ਇਕੱਲੀ ਚੋਕੜਾ, ਮੈਂ ਕਹਿਣ ਦਾ ਮਕਸਦ, ਬਸ ਠੀਕ ਆ, ਆ ਥੋੜੇ ਪੱਕੇ ਬਾਹਰੋਂ ਕਰ ਦਿਆਂ ਗਾਈਆਂ ਹਨਾ ਜੀ, ਥੋੜੇ ਜਿਹਾ ਪੱਕੇ ਕਰਕੇ, ਹਾਂ ਬਿਲਕੁਲ। ਤੇ ਇਹਨੇ ਪਰ ਤਾਜ਼ੀ ਦੁੱਧ ਕਿੰਨੇ ਕੀਤਾ ਜੀ? ਵੀਰ ਜੀ ਇਹਦਾ ਹਾਂਜੀ 25 ਤੋਂ 30 ਦੇ ਵਿੱਚ, 25 ਮਤਲਬ 30 25 ਪਲੱਸ ਵਾਲੀਆਂ ਗਾਈਆਂ,
हां जी बस दुध लाई जांदी आ देख लो 20-25 दिन दे लगभग रह गए आ ਚੰਗੀ ਡੇਰੀ ਸੰਭਾਲੀ ਆ ਨਹੀਂ ਤੁਹਾਨੂੰ ਬਰਾਜ ਕੋਈ ਕੰਮ ਰਾਜੀ ਕੋਈ ਨੀ ਜੀ ਠੀਕ ਨਾ ਹਾਂਜੀ ਸੱਠ ਹਜ਼ਾਰ ਠੀਕ ਹੈ ਜੀ ਬਸ ਕੋਈ ਮਾੜਾ ਮਾੜਾ ਉਨੀ ਕੀ ਹੋ ਜਾਊਗਾ ਨਾ ਜੀ ਥੋੜੀ ਬਹੁਤੀ ਮੰਗ ਲਈ ਜੀ ਦੀ ਵੀ ਠੀਕ ਹਾਂ ਇਹ ਵਾਲਾ ਵੀ ਕੱਢ ਲਿਆ ਹਾਂ ਇਹ ਵੀ ਕੱਪਣਾ ਜੀ ਹਾਂ ਇਹ ਕਿੰਨੇ ਟਾਈਮ ਦੀ ਇਹ ਵੀਰ ਜੀ ਇਹਦਾ 7ਵਾਂ ਮਹੀਨਾ ਜਾ ਰਿਹਾ ਅੱਛਾ 7ਵਾਂ ਮਹੀਨਾ ਜਾ ਰਿਹਾ ਹਾਂ ਜੀ ਅੱਜ ਕੀ ਜੇ ਤੁਹਾਡੀ 15 ਤਰੀਕ ਦੀ ਹੈ ਨਹੀਂ ਨਹੀਂ 15 ਕੋ ਜੀ ਇਹ ਅੱਜ ਹੈਗੀ 22 ਤਰੀਕ 22 ਤਰੀਕ ਬਿਲਕੁਲ ਮਤਲਬ ਤੇ ਸਾਡੇ 6 ਮਹੀਨੇ ਹੋ ਗਏ ਠੀਕ ਆ 7ਵਾਂ ਤੇ ਦੁੱਧ ਕਿੰਨਾ ਜੀ बाकी कच्चिया होनी जी बस कोई गल देखो जी चार बैड़ा सेल आ बाकी मेरा भी हाथ जोड़ के बेनती है किसी ने कमेंट माड़ा करो जी लैनी है किसी ने वो तुम गल कर लो रेट पकड़ ले लो तो नहीं कोई लोड़ नहीं ठीक है ना जी है ना जी नहीं 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 वेखो जी कि गल अक्सर तुम पैसे लाए है माड़ा माड़ा लै लो नहीं ना लोड़ माड़ा बोले लोड़ नहीं किसी चलो नंबर बोल दो जी नंबर भी जी 9978 हां जी 44 ठीक है 8203 ठीक है जी शहर गुरदासपुर जी हाथ जोड़ के बेनती है चलो बस फोन वही करने जेड़े जिन्हें चाहिए सबको खालता कोई टाइम नहीं किसी का खराब करना क्योंकि असली में तो पता नहीं नहीं कारोबार है ठीक है जी सत श्री अकाल सत श्री अकाल।